कन्या भ्रूण हत्या के खिलाफ हुंकार भरते हुए एक लिंग निर्धारण टेस्ट सेंटर का भांडा फोड़ किया गया है, जिस विच कि एक महिला दलाल दे नाल एक सेंटर नूं पकड़न दे विच सहित विभाग ने असफलता हासिल की है। दरअसल तरन तारण की एक युवती नूं गर्भपात करवाने का 8500 रुपए मंगे गए, जिस तों बाद अते इस दे नाल ही युवती का कहना है कि सरकार ने बेटी बचाओ बेटी पढ़ाओ का संदेश दिता है, उस नूं लागू देश दे लोकां ने करना है, जिस दे तहत इस दा भांडा फोड़ किया है। मैं सोचा फिर मैं प्रेगनेंसी की थी, मैं सोचा कि आप ये काम नू चुकना है, जो मतलब कि कहती पी है सरकार कि बेटी पढ़ाओ कि ये काम नू आप मतलब कि लोगों नू सुनाई है कि मतलब कि आप उठना पैना है, जाके सरकार ने कुछ नहीं करना, सरकार तो बस कि वैसे मतलब कि आ सकती है, कह सकते कि वोटा वे लीडर तो बाहर निकलते हैं, ये आम जनता ही काम करना पैना है। तो मैं यही कहूँ कि हर एक माँ को यही कहूँगी कि अपनी बेटी का मतलब कि तू ही ध्यान रखना है, जबकि कि किसी ने होर ने नहीं रखना। ਇਹਨਾਂ ਨੇ ਮੰਗਿਆ ਸੀ 14,500 ਰੁਪਇਆ, ਕਹਿੰਦੇ ਕਿ ਵੋਸ਼ਨ ਕਰਵਾਉਣਾ ਤੇ ਉਹਦੇ 8,500 ਰੁਪਇਆ ਵੱਖਰਾ। ਹਾਂਜੀ ਤੇ ਐਡਰੈਸ ਹੁਣ ਹੋ ਗਈ ਮੈਨੂੰ, ਨਾਮ ਕੀ ਹੈਗਾ ਸੀ? ਨਾਮ ਤਾਂ ਨਹੀਂ ਪਤਾ, ਸ਼ਕਲ ਪਛਾਣ ਲੈਣ। ਸ਼ਕਲ ਤੇ ਮੈਂ ਪਛਾਣ ਕੇ ਦੱਸ ਦਿੱਤਾ ਹੋਇਆ ਨੇ ਕਿ ਇਸ ਮਦਦ ਸ਼ਕਲ ਕਿਸ ਤਰ੍ਹਾਂ ਦੀ ਉਹਨਾਂ ਦੀ। ਸ਼ਕਲ ਪਛਾਣ ਕੇ ਦੱਸ ਦਿੱਤਾ ਹੋਇਆ। ਹਾਂ ਹਾਂ ਫਸਟ ਟਾਈਮ ਆਏ ਆ। ਹਾਂਜੀ ਪਤਾ ਕਾਫੀ ਚਿਰ ਦਾ ਸੀ ਨਾ ਕਿ ਜਾਣੀ ਕਿ ਵੀ ਇੱਥੇ ਹੁੰਦਾ ਪਿਆ ਇਹ ਕੰਮ, ਇਹਨਾਂ ਨੇ ਮੇਰੇ ਦੋ ਬੇਟੀਆਂ। ਹਾਂਜੀ ਔਰ ਜਦੋਂ ਇਹ ਟੀਮ ਤਰਨ ਤਾਰਨ ਦੀ ਸ਼ਹੀਦਾਂ ਦੇ ਗੁਰਦੁਆਰੇ ਦੇ ਕੋਲ ਪਹੁੰਚੀ ਤਾਂ ਇਹਨਾਂ ਨੇ ਮੈਨੂੰ ਦੱਸਿਆ ਕਿ ਹੁਣ ਅਸੀਂ ਜਿਹੜੀ ਹੈ ਪੇਸ਼ੈਂਟ ਦਾ ਪੂਰੀ ਪੈਰਵਾਈ ਕਰ ਰਹੇ ਹਾਂ, ਉਹ ਮੋਟਰਸਾਈਕਲ 'ਤੇ ਇੱਕ ਟ੍ਰੇਨਡ ਦਾਈ ਹੈ ਉਹਦੇ ਨਾਲ ਆ ਰਹੀ ਹੈ, ਔਰ ਜਿੱਦਾਂ ਜਿੱਦਾਂ ਨੂੰ ਜਾਏਗੀ ਉਹਦਾ ਅਸੀਂ ਪਿੱਛਾ ਕਰਾਂਗੇ ਅਤੇ ਤੁਸੀਂ ਵੀ ਆਪਣੀ ਟੀਮ ਲੈ ਕੇ ਆ ਜਾਓ। ਮੈਂ ਤੁਰੰਤ ਆਪਣੀ ਟੀਮ ਨੂੰ ਉੱਥੇ ਭੇਜ ਦਿੱਤਾ, ਕਾਫੀ ਦੇਰ ਘੁੰਮਣ ਦੇ ਬਾਵਜੂਦ ਕਿਉਂਕਿ ਗਲੀਆਂ ਦੇ ਵਿੱਚ ਘੁੰਮ ਘੁੰਮਾ ਕੇ ਐਂਡ ਜਿਹੜਾ MP ਅਰੋੜਾ ਹੋਸਪਿਟਲ ਬੇਰੀ ਗੇਟ ਹੈ ਉੱਥੇ ਪੇਸ਼ੈਂਟ ਨੂੰ ਲੈ ਕੇ ਪਹੁੰਚ ਗਏ। ਪੇਸ਼ੈਂਟ ਦੇ ਜਿਹੜਾ ਸੀ ਡਾਕਟਰ ਦੇ ਕੋਲ ਗਿਆ, ਉੱਥੇ ਉਹਦੀ ਅਲਟਰਾਸਾਊਂਡ ਹੋਈ ਹੈ ਕਿਉਂਕਿ ਸਾਡੀ ਗਾਇਨਾਕੋਲੋਜਿਸਟ ਨੇ ਦੇਖਿਆ ਕਿ ਐਬਡੋਮਨ ਦੇ ਉੱਤੇ ਉਹਦੇ ਜੈੱਲ ਲੱਗੀ ਹੋਈ ਸੀਗੀ, ਔਰ ਬਾਹਰ ਟੀਮ ਜਿਹੜੀ ਬੈਠੀ ਰਹੀ ਹੈ ਅਤੇ ਉਸੇ ਵੇਲੇ ਪੇਸ਼ੈਂਟ ਵੀ ਅਸੀਂ ਜਿਹੜਾ ਸੀਗਾ ਆਪਣੀ ਹਿਰਾਸਤ ਵਿੱਚ ਲੈ ਲਿਆ ਹੈਗਾ, ਅਤੇ ਜਿਹੜੀ ਨਾਲ ਲੈ ਕੇ ਆਈ ਸੀ ਟੈਸਟ ਕਰਾਉਣ ਲਈ ਜਸਬੀਰ ਕੌਰ, ਉਹ ਵੀ ਸਾਡੇ ਕੋਲ ਹੀ ਹੈਗੀ ਹੈ, ਪਰ ਮੌਕੇ 'ਤੇ ਜਿਹੜਾ ਡਾਕਟਰ ਹੈਗਾ ਉਹ ਜਿਹੜਾ ਨਹੀਂ ਪਕੜ ਸਕੇ ਕਿਉਂਕਿ ਸਾਨੂੰ ਉਹਦੀ ਪਹਿਚਾਣ ਨਹੀਂ ਸੀਗੀ। ਅੰਮ੍ਰਿਤਸਰ ਤੋਂ ਗੁਰਸੇਵਕ ਦੇ ਨਾਲ ਨਵਿੰਦਰਪਾਲ ਸਿੰਘ ਚਮਕ ਦੀ ਰਿਪੋਰਟ, ਚੈਨਲ 2।